एक बार फिर थोड़ा स्वागत है। तो हम असी जाने अपने फोन लाइन नाल, क्योंकि थोड़ा बड़ा इंतजार नहीं करवाना चाहते, क्योंकि असं भी बिल बल दें। हैलो हैलो हेलो, हैलो जी, सत श्रीकाल जी। सत श्रीकाल जी। मैं 7 साल हो गए मैनू आए नू। हाँ ते आया सगा 2 नंबरी। हाँ ठीक है। ते 2 वारी मैं इंडिया भी जा हटे हैं। ठीक है। गलत पासपोर्ट पे? नहीं, वो भरा दे पासपोर्ट दे। ठीक है, चकल हाल मिल दी है। चलो बढ़िया है, भरा होने का ही तो फायदा है। ये तो फायदा है। हाँ ते हुण मैं सोच रहा सगा, ते उथे जमीन ही बेचनी सी। हाँ ते आ फिंगरप्रिंट का की आ मसला है? हुण फिंगरप्रिंट तो यह आ कि जे थोड़े फिंगर ले रहे ना एयरपोर्ट से, इन्होंने नहीं, जब कि भी वो थोड़े फिंगर हो तो एयरपोर्ट से आँदे आँदे कर लेंगे, फिर थोड़ा आइडेंटिटी का इन्हों पता लगना कि तुम कौन हो। नहीं हल ले। हाँ जे थोड़े फिंगर कदे हो इस मुल्क में, नहीं, वो नहीं हल कभी हो। हाँ वो चलो थोड़ी खुशकिस्मती है, पर एवं थानू अड़के नहीं आना चाहिए। अच्छा, मैं तो यही कहूँगा कि रिस्क नहीं लैनी चाहिए, नहीं तो कीती किराए तो पानी फिरू। हाँ मेरे लोग कहते ना एयरपोर्ट से फिंगर नहीं होंगे, फिंगर नहीं होंगे। मैं संडे जाके आया अच्छा, तो मेरे सामने होए मुंडिया के फिंगर। किन्ने आंदे? हाँ कई होए जिन्हें भी कच्चे से, अच्छा, हीथरों से सारे दे होए आ। तो फिर बाद फिर उन्होंने भी आइडिया सी कि आ जाइए असी मुड़ के दसीए ब्याह नूं, एक तो बोर होया बेचारा, तो इसलिए आदे विच कोई थोड़ा रिस्क नहीं लैनी चाहिए। ठीक है जी। ਜੇ ਤੁਹਾਡਾ ਭਰਾ ਤਾਂ ਪੱਕਾ ਹੀ ਤੇ ਨਹੀਂ ਉਹ ਤਾਂ ਠੀਕ ਆ, ਉਹ ਤੇ ਕਿਹੜਾ ਕਹਿ, ਉਹਦੇ ਪਾਸਪੋਰਟ ਤੇ ਮੈਂ ਜਾਈ ਜਾਂਦਾ ਹਾਂ। ਨਹੀਂ ਉਹ ਤਾਂ ਠੀਕ ਆ, ਤੂੰ ਜਾਈ ਆ, ਉਹ ਤਾਂ ਤੂੰ ਹਲੇ ਅੜਕੇ ਨਹੀਂ ਆਇਆ, ਜਿਸ ਵੇਲੇ ਅੜਕੇ ਆਉਣਾ ਤੂੰ ਵੀ ਟਰਬਲ 'ਚ ਹੋਣਾ, ਤੇਰੇ ਭਰਾ ਨੇ ਵੀ ਟਰਬਲ 'ਚ ਹੋਣਾ। ਇਹ ਤਾਂ ਗੱਲ ਸਹੀ ਹੈ। ਹਾਂ ਠੀਕ ਹੈ ਨਾ, ਉਹਨੂੰ ਬੇਚਾਰ ਨੂੰ ਜ਼ਰੂਰ ਉਹਨੂੰ ਜੇਲ੍ਹਾਂ ਦੇ ਚੱਕਰ ਕਰਾਉਣੇ ਆ, ਉੱਦਾਂ ਹੀ ਚੱਕੀ ਲੈ ਦੇ ਘਰ। ਹੈ ਮੈਂ ਕਿਹਾ ਉੱਦਾਂ ਹੀ ਚੱਕੀ ਲੈ ਦਿਓ ਘਰ। ਚੱਕ ਦੇ ਫੱਟੇ ਹੁਣ। ਹਾਂ ਓਕੇ ਓਕੇ ਫਿਰ ਜੀ ਭਾਜੀ। ਓਕੇ ਜੀ। ਕਦੇ ਵੀ ਦੇਖੋ ਗਲਤ ਕੰਮ ਨਹੀਂ ਕਰਨਾ ਚਾਹੀਦਾ, ਮੈਂ ਤਾਂ ਹਮੇਸ਼ਾ ਹੀ ਕਹੂੰਗਾ, ਕਿਉਂਕਿ ਇਹਦੇ ਵਿੱਚ ਰਿਸਕ ਬਹੁਤ ਆ। ਜਿੰਨੇ ਵੀ ਮੁੰਡੇ ਮੈਨੂੰ ਕਹਿੰਦੇ ਸੀ ਭਾਅ ਜੀ ਫਿੰਗਰ ਨਹੀਂ ਹੁੰਦੇ, ਇੱਦਾਂ ਹੋ ਗਏ, ਇੱਦਾਂ ਨਹੀਂ, ਮੇਰੇ ਸਾਹਮਣੇ ਹੋਏ ਇੱਕ ਨਾਲ ਇੱਕ ਕਲਾਕਾਰ ਸੀ ਗਾਉਣ ਵਾਲਾ, ਕਾਫੀ ਮਸ਼ਹੂਰ, ਤੁਹਾਨੂੰ ਮੈਂ ਨਾਂ ਨਹੀਂ ਦੱਸਦਾ ਉਹਦਾ, ਕਿ ਉਹਨਾਂ ਬੇਚਾਰੇ ਨਾਲ ਵੀ ਅਤੇ ਵਾਅਦੇ ਕੀਤੇ ਵਾ। ਉਹ ਫਿਰ ਬਾਅਦ 'ਚ ਮੈਂ ਤੋਂ ਸਲਾਹਾਂ ਪੁੱਛੀ ਆ ਏਅਰਪੋਰਟ ਦੇ ਕਿ ਭਾਅ ਜੀ ਮੈਂ ਕੀ ਕਰੂੰ, ਮੈਂ ਫਿੰਗਰ ਕਰਗਾ, ਮੈਂ ਫਲਾਨਾ ਧਿਮਕਣਾ। ਮੈਂ ਕਿਹਾ ਹੁਣ ਚੱਲ, ਹੁਣ ਉੱਥੇ ਕੰਬਾਈਨ ਲੈ ਲਾ, ਹੁਣ ਉੱਥੇ ਤਾਂ ਤੇਰੇ ਗਾਣੇ ਚੱਲਣੇ ਨਹੀਂ, ਇੱਥੇ ਹੀ ਚੱਲਦੇ ਸੀਗੇ। ਅਤੇ ਇੱਥੇ ਤੱਕ ਕਿ ਜਿੱਥੇ ਵੀ ਕੱਚਾ ਬੰਦਾ ਦੀਦੇ ਵਾਪਸ ਜਾਂਦੇ, ਹੀਥਰੋ ਦੇ ਤੱਕ ਹੀ ਦੇਖੇ ਮੈਂ, ਪਹਿਲੀ ਵਾਰੀ ਦੇਖੇ ਮੈਂ ਫਿੰਗਰ ਹੁੰਦੇ, ਕਿਉਂ 'ਚ ਹੀ ਸੀ ਸਾਡਾ ਮੁੰਡਾ, ਤਾਂ ਉਹਦੇ ਵਿੱਚ ਅਤੇ ਉਹਦੇ ਫਿੰਗਰ ਹੋਏ, ਉਹਨੂੰ ਦੇਖਿਆ ਕਿ ਤੇਰੇ ਕੋਲ ਵੀਜ਼ਾ ਹੈਗਾ, ਵੀਜ਼ਾ ਦਾ ਵਿਚਾਰਾ 2000, ਸਾਨੂੰ 2000 ਦਾ ਲੰਘਿਆ ਸੀ। ਉਹਨੂੰ ਕਹਿੰਦੇ ਆ ਜਾ, ਫਿਰ ਉਹ ਕਹੀ ਜਾਵੇ ਕੀ ਕਰਨ ਦਿਓ, ਕਹਿੰਦੇ ਕੁਛ ਨਹੀਂ ਕੁਛ ਨਹੀਂ, 2 ਉਂਗਲੀਆਂ ਰਖਾਈਆਂ, ਇੱਕ ਹਾਰ ਖਾਈ ਇੱਕ ਹਾਰ ਖਾਈ, 2 ਹੀ ਉਂਗਲੀਆਂ ਸੀਗੀਆਂ, ਨਾਲੇ ਉਹਦੀ ਫੋਟੋ ਖਿੱਚੀ, ਨਾਲੇ ਫੜਾ ਤੱਕ ਆ ਗਿਆ। ਉਹ ਕਹਿੰਦੇ ਪੜ੍ਹੀ ਜਾ ਫਲਾਈਟ 'ਤੇ, ਤੈਨੂੰ ਕਿਤਾਬ ਪੜ੍ਹਨ ਦੀ ਲੋੜ ਨਹੀਂ, ਦੇਸ਼ ਪ੍ਰਦੇਸ਼ ਤੈਨੂੰ ਪੜ੍ਹਨ ਦੀ ਲੋੜ ਨਹੀਂ, ਉਹੀ ਵੱਲ ਦੇਖੀ ਜਾ। ਅਤੇ ਉਹ ਵਿਚਾਰੇ ਦਾ ਆਈਡੀਆ ਹੋਰ ਸੀ ਕਿ ਮੈਂ ਚੱਲ ਜੂੰਗਾ ਤਾਂ ਵਰਕ ਪਰਮਿਟ 'ਤੇ ਮੁੜ ਕੇ ਆ ਜੂੰਗਾ, ਮੈਨੂੰ ਕੰਪਨੀ ਮੰਗਾ ਲੂਗੀ। ਹੁਣ ਕੰਪਨੀ ਮੈਂ ਨਹੀਂ ਮੰਗਾਉਣ ਜੋਗੀ, ਕਿਉਂਕਿ ਫਿੰਗਰ ਹੋਇਆ, ਜਦੋਂ ਹੁਣ ਦਿੱਲੀ ਅਪਲਾਈ ਕਰਨਾ ਜੇ ਜਲੰਧਰ, ਉਹ ਮੈਚ ਹੋ ਜਾਣੇ ਕਿ ਤੂੰ ਤਾਂ ਏਅਰਪੋਰਟ 'ਤੇ ਕੱਚਾ ਫਿਰਦਾ ਰਿਹਾ ਸੀ, ਅਤੇ ਆਹ ਪ੍ਰੋਬਲਮ ਹੈ। ਇਸ ਲਈ ਕਦੇ ਕੋਈ ਰਿਸਕ ਨਹੀਂ ਲੈਣਾ ਚਾਹੀਦਾ, ਕਦੇ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ, ਸਾਨੂੰ ਫੜੇ ਜਾਂਦੇ ਗਲਤ ਕੰਮ 'ਚ, ਜੇਲ੍ਹ ਡਿਪੋਰਟ ਉਹ ਵਾਧੂ ਦਾ, ਜੇ ਜੇਲ੍ਹ ਪਹਿਲਾਂ ਫਿਰ ਡਿਪੋਰਟ, ਫਿਰ ਤੁਸੀਂ ਕਦੇ ਆ ਨਹੀਂ ਸਕਦੇ ਇੱਥੇ। ਫਿਰ ਜਿਹੜਾ ਡਿਪੋਰਟ ਹੋਇਆ ਗਿਆ ਬੰਦਾ ਹੁੰਦਾ, ਉਹਨੂੰ ਤੁਹਾਨੂੰ ਪਤਾ ਇੰਡੀਆ 'ਚ ਕਿੰਨਾ ਸਨਮਾਨ ਮਿਲਦਾ ਹੁੰਦਾ, ਉੱਥੇ ਏਅਰਪੋਰਟ ਦੇ ਚਪੜਾਸੀ ਵੀ ਆ ਕੇ ਚਪੇੜਾ ਮਾਰਦੇ ਆ, ਪਹਿਲਾਂ ਦਿੱਲੀ ਵੱਲ ਤਾਂ ਚੱਕ ਕੇ ਹੀ ਮਾਰਦੇ, ਤਿਹਾਰ ਜੇਲ੍ਹ 'ਚ, ਉੱਥੇ 4-5 ਦਿਨ ਉਹ ਸੁੰਡੀਆਂ ਹੀ ਵਾਲੀ ਸਬਜ਼ੀ ਖਾਣੀ ਪੈਂਦੀ ਆ, ਉੱਦਾਂ ਹੀ ਨਹੀਂ ਚੰਗੀ ਲੱਗਦੀ। ਹਾਂ ਤੁਹਾਨੂੰ ਹੁਣ ਕਿੱਥੋਂ ਚੰਗੀ ਲੱਗਣ, ਮੁਰਗਾ ਖਾਧਾ ਹੁੰਦਾ ਉਹਨੂੰ ਸੁੰਡੀਆਂ ਕਿੱਥੋਂ ਪਸੰਦ ਆਉਣੀਆਂ।